Hello friends, welcome back to my channel Phabla Cuisine. Feel the magic of homemade food. ਜਿਵੇਂ ਕਿ ਅੱਜ ਤੁਸੀਂ ਪਿਕਚਰ ਦੇਖ ਹੀ ਰਹੇ ਹੋਵੋਗੇ, ਅੱਜ ਆਪਾਂ ਬਣਾਉਣ ਜਾ ਰਹੇ ਹਾਂ ਸਪਿਨਚ ਪੋਮਗ੍ਰੈਨੇਟ ਸੈਲਡ. ਹਾਂਜੀ, ਫੁੱਲ ਆਫ ਆਇਰਨ ਸੈਲਡ ਆ ਇਹ. ਤੁਸੀਂ ਘਰ ਬਣਾਓ, ਇਹਨੂੰ ਤੁਸੀਂ ਬਾਰਬੀਕਿਊ ਦੇ ਨਾਲ, ਕਿਸੇ ਵੀ ਤਰ੍ਹਾਂ ਦੇ ਬਾਰਬੀਕਿਊ ਨਾਲ ਸਰਵ ਕਰ ਸਕਦੇ ਹੋ, ਚਾਹੇ ਉਹ ਚਿਕਨ ਆ, ਫਿਸ਼ ਆ. ਇਹ ਬਹੁਤ ਬਹੁਤ ਜ਼ਿਆਦਾ ਹੈਲਦੀ ਆ ਉਹਨਾਂ ਲੋਕਾਂ ਲਈ, ਸਪੈਸ਼ਲੀ ਜਿਹੜੇ ਲੋਕਾਂ ਦੇ ਵਿੱਚ ਆਇਰਨ ਦੀ ਕਮੀ ਆ ਅਤੇ ਉਹ ਪਾਲਕ ਜਾਂ ਅਨਾਰ ਖਾਣਾ ਪਸੰਦ ਨਹੀਂ ਕਰਦੇ. ਸੋ ਤੁਸੀਂ ਇਹ ਸੈਲਡ ਬਣਾਓ, ਇਸ ਤਰ੍ਹਾਂ ਤੁਸੀਂ ਫੋਰ ਸ਼ੋਰ ਜ਼ਰੂਰ ਲਾਈਕ ਕਰੋਗੇ. ਬਹੁਤ ਹੀ ਹੈਲਦੀ ਸੈਲਡ ਆ. ਸੋ ਆਪਣੀ ਇਨਗਰੀਡੀਐਂਟ ਲਿਸਟ ਆ ਚੁੱਕੀ ਆ, ਇਨਗਰੀਡੀਐਂਟ ਨੋਟ ਕਰ ਲਓ. ਜੇ ਤੁਸੀਂ ਜ਼ਿਆਦਾ ਬਣਾਉਣਾ ਹੈ, ਜਿਵੇਂ ਕਿ ਮੈਂ ਆਪਣੀ ਹਰ ਵੀਡੀਓ 'ਚ ਦੱਸਦੀ ਹਾਂ ਕਿ ਜ਼ਿਆਦਾ ਬਣਾਉਣਾ ਤਾਂ ਅਮਾਊਂਟ ਡਬਲ ਕਰ ਲਓ, ਘੱਟ ਬਣਾਉਣਾ ਤਾਂ ਤੁਸੀਂ ਅਮਾਊਂਟ ਇਹਨੂੰ ਹਾਫ ਕਰਕੇ ਵੀ, ਜੇ ਤੁਸੀਂ ਟਰਾਈ ਕਰਨਾ ਚਾਹੁੰਦੇ ਆ ਤਾਂ ਹਾਫ ਕਰਕੇ ਵੀ ਬਣਾ ਸਕਦੇ ਹਾਂ. ਸੋ ਬਿਨਾਂ ਦੇਰ ਕੀਤੇ ਆਪਾਂ ਸ਼ੁਰੂ ਕਰਦੇ ਹਾਂ ਆਪਣਾ ਸੈਲਡ ਬਣਾਉਣਾ. ਸੋ ਸੈਲਡ ਬਣਾਉਣ ਲਈ ਆਪਾਂ ਨੂੰ ਪਹਿਲਾਂ ਤਾਂ ਚਾਹੀਦੀ ਹੈ ਸਪਿਨਿਚ. ਹਾਂਜੀ, ਮੈਂ ਇੱਥੇ ਬੇਬੀ ਸਪਿਨਿਚ ਲਈ ਆ. ਮੈਂ ਇੱਕ ਮੀਡੀਅਮ ਬਾਕਸ ਲਿਆ ਸੀਗਾ ਇਹਦਾ, ਤੁਸੀਂ ਚਾਹੋ ਤਾਂ ਲਾਰਜ ਵੀ ਲੈ ਸਕਦੇ ਹਾਂ, ਬਟ ਮੀਡੀਅਮ ਇਨਫ ਹੁੰਦਾ ਆ. ਸੋ ਮੈਂ ਮੀਡੀਅਮ ਲੈ ਲਿਆ ਇਹ ਬਾਕਸ. ਮੈਂ ਇਹਨੂੰ ਵਾਸ਼ ਕਰ ਲਿਆ. ਸੋ ਵਾਸ਼ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਆ. ਇਹਨੂੰ ਵਾਸ਼ ਕਰਕੇ ਨਾ ਇਹਨੂੰ ਕਿਸੇ ਵੀ ਬਾਸਕਿਟ 'ਚ ਪਾ ਲਓ ਜਿਹੜੀ ਜਾਲੀ ਵਾਲੀ ਹੁੰਦੀ ਹੈ, ਤਾਂ ਕਿ ਤੁਹਾਡਾ ਸਾਰਾ ਜਿਹੜਾ ਪਾਣੀ ਆ ਉਹ ਡਰੇਨ ਹੋ ਜਾਵੇ. ਸੋ ਮੈਂ ਇਹਨੂੰ ਚੌਪ ਕਰ ਲੈਂਦੀ ਹੁੰਦੀ ਹਾਂ. ਇਹਨੂੰ ਚੌਪ ਕਰ ਲਓ, ਬਹੁਤ ਜ਼ਿਆਦਾ ਬਰੀਕ ਬਰੀਕ ਚੌਪ ਨਹੀਂ ਕਰਨਾ, ਮੋਟਾ ਮੋਟਾ ਚੌਪ ਕਰ ਲੈਣਾ. ਸੋ ਇੱਕ ਬੋਲ ਦੇ ਵਿੱਚ ਇਹਨੂੰ ਪਾ ਲਓ ਚੌਪ ਕਰਕੇ, ਕਿਉਂਕਿ ਕਈ ਲੋਕ ਲੀਫ ਪਸੰਦ ਨਹੀਂ ਕਰਦੇ ਆ, ਪੂਰਾ ਪੱਤਾ ਲਾਈਕ ਨਹੀਂ ਕਰਦੇ ਹੈਗੇ. ਸੋ ਮੈਂ ਆਪ ਪਰਸਨਲੀ ਮੈਂ ਵੀ ਨਹੀਂ ਲਾਈਕ ਕਰਦੀ. ਸੋ ਮੈਂ ਇਹਨੂੰ ਚੌਪ ਕਰਕੇ ਹੀ ਪਾਉਂਦੀ ਹੁੰਦੀ ਹਾਂ. ਸੋ ਤੁਸੀਂ ਵੀ ਇੱਦਾਂ ਚੌਪ ਕਰ ਲਓ. ਇਹਨੂੰ ਵਾਸ਼ ਜ਼ਰੂਰ ਕਰਨਾ ਆ ਪਹਿਲਾਂ. ਆਹ ਦੇਖੋ, ਇਸ ਤਰ੍ਹਾਂ ਇਹਨੂੰ ਇੱਕ ਬੋਲ ਵਿੱਚ ਪਾ ਲਓ. ਆਹ ਦੇਖੋ, ਬਹੁਤ ਮੋਟੀ ਮੋਟੀ ਕੱਟੀ ਹੋਈ ਹੈ ਮੈਂ. ਸੋ ਆਪਾਂ ਇੱਥੇ ਬਟਰ ਹੈੱਡ, ਜਿਹੜੀ ਲੈਟਸ ਹੁੰਦੀ ਆ ਆਪਣੀ ਨੋਰਮਲ ਘਰਾਂ ਦੇ ਵਿੱਚ ਆਪਾਂ ਸੈਲਡ ਵਿੱਚ ਖਾਂਦੇ ਹਾਂ ਨਾ, ਉਹ ਮੈਂ ਲੈ ਲਈ ਸੀ, ਹਾਫ ਲਈ ਸੀ ਮੈਂ. ਸੋ ਇਹਨੂੰ ਮੈਂ ਬਰੀਕ ਬਰੀਕ ਕੱਟ ਲਿਆ ਸੀ, ਬਾਹਲਾ ਬਰੀਕ ਨਹੀਂ ਕੱਟਿਆ, ਥੋੜ੍ਹਾ ਮੋਟਾ ਜਿਹਾ ਹੀ ਕੱਟਿਆ ਸੀ. ਸੋ ਇੱਕ ਅਨੀਅਨ ਲੈ ਲਵਾਂਗੇ ਆਪਾਂ. ਅਨੀਅਨ ਵੀ ਮੈਂ ਇੱਦੀ ਬਰੀਕ ਬਰੀਕ ਕੱਟ ਲਿਆ ਸੀਗਾ, ਲੰਬਾ ਲੰਬਾ ਲਾਰਜ ਅਨੀਅਨ ਲਿਆ ਹੋਇਆ. ਕਿਊਕੰਬਰ ਹੈ, ਹਾਫ ਕਿਊਕੰਬਰ ਹੈ, ਇਹਨੂੰ ਵੀ ਮੈਂ ਇੱਦੀ ਬਰੀਕ ਬਰੀਕ ਕੱਟ ਲਿਆ ਸੀਗਾ. ਅਤੇ ਮੈਂ ਦੋ ਟਮਾਟਰ ਲਏ ਸੀ ਇੱਥੇ, ਉਹਨਾਂ ਨੂੰ ਵੀ ਮੈਂ ਇੱਦੀ ਸਲਾਈਸ ਕਰ ਲਿਆ ਸੀ. ਅਤੇ ਇੱਥੇ ਮੈਂ ਆਵੋਕਾਡੋ ਲਏ ਹੋਏ ਨੇ, ਆਵੋਕਾਡੋ ਵੀ ਇੱਦਾਂ ਮੋਟੇ ਮੋਟੇ ਪੀਸ ਕੱਟ ਲਓ. ਜੇ ਤੁਸੀਂ ਨਹੀਂ ਲਾਈਕ ਕਰਨਾ ਚਾਹੁੰਦੇ ਤੁਸੀਂ ਸਕਿੱਪ ਕਰ ਸਕਦੇ ਹਾਂ ਆਵੋਕਾਡੋ ਨੂੰ, ਆਪਸ਼ਨਲ ਹੈ. ਬਟ ਇਹ ਵਧੀਆ ਲੱਗਦਾ ਜੇ ਤੁਸੀਂ ਇਹਨੂੰ ਪਾਉਂਦੇ ਨਾ ਆਵੋਕਾਡੋ. ਵੈਸੇ ਵੀ ਹੈਲਦੀ ਹੁੰਦਾ, ਸਾਰੀਆਂ ਚੀਜ਼ਾਂ ਹੈਲਦੀ. ਸੋ 1 ਕੱਪ ਮੈਂ ਇੱਥੇ ਪੋਮਗ੍ਰੈਨੇਟ ਸੀਡ ਲਏ ਆ. ਜੇ ਤੁਸੀਂ ਕੱਪ ਦਾ ਨਹੀਂ ਹਿਸਾਬ ਕਿਤਾਬ ਰੱਖਣਾ ਨਾ, ਤੁਸੀਂ ਸਿੱਧਾ ਹੀ ਇੱਕ 1 ਮੀਡੀਅਮ ਪੋਮਗ੍ਰੈਨੇਟ ਦੇ ਸੀਡ ਕੱਢ ਲਓ, ਉਹ ਪਾ ਲਓ. ਜ਼ਰੂਰੀ ਨਹੀਂ ਹੈਗਾ ਤੁਸੀਂ ਕੱਪ ਦੇ ਨਾਲ ਨਾਪ ਕੇ ਉਨਾ ਹੀ ਪਾਉਣਾ ਹੈ. ਸੋ ਸੈਲਡ ਬਣਾਉਣ ਲਈ ਆਪਾਂ ਹੁਣ ਇਹਦੀ ਡਰੈਸਿੰਗ ਬਣਾਵਾਂਗੇ. ਸੋ ਡਰੈਸਿੰਗ ਬਣਾਉਣ ਲਈ ਆਪਾਂ ਇੱਕ ਬੋਲ ਲੈ ਲੈਣਾ ਛੋਟਾ, ਉਹਦੇ ਵਿੱਚ ਆਪਾਂ ਪਾਉਣਾ ਐਕਸਟਰਾ ਵਰਜਨ ਓਲੀਵ ਓਇਲ. ਸੋ ਇੱਥੇ ਧਿਆਨ ਰੱਖਣਾ ਓਲੀਵ ਓਇਲ ਹੀ ਯੂਜ਼ ਕਰਨਾ, ਆਪਾਂ ਕੋਈ ਹੋਰ ਓਇਲ ਨਹੀਂ ਯੂਜ਼ ਕਰਨਾ. ਸੋ ਮੈਂ ਇੱਥੇ 3 ਵੱਡੇ ਚਮਚ ਓਲੀਵ ਓਇਲ ਦੇ ਪਾ ਰਹੀ ਹਾਂ, 4 ਵੀ ਪਾ ਸਕਦੇ ਹਾਂ, ਕੋਈ ਵਿਗਾੜ ਨਹੀਂ ਹੈ ਇਹਦਾ. ਇਟਸ ਗੁੱਡ ਫੋਰ ਯੂਰ ਹੈਲਥ. ਸੋ ਮੈਂ ਹਨੀ ਲੈ ਲਿਆ, ਹਨੀ ਪਾਵਾਂਗੇ ਆਪਾਂ 2 ਚਮਚ. ਇਹ ਨੋਰਮਲ ਸਪੂਨ ਆ ਜਿਹੜਾ ਆਪਾਂ ਘਰੇ ਯੂਜ਼ ਕਰਦੇ ਹਾਂ ਨਾ, ਨੋਰਮਲ ਆਪਾਂ ਆਪਣਾ ਖਾਣਾ ਪਾਣੀ ਜਿਹਨਾਂ ਖਾਂਦੇ ਹੀ ਹਾਂ, ਇਹ ਉਹ ਸਪੂਨ ਆ. ਉਹਦੇ ਨਾਲ ਹੀ ਮੈਂ ਨਾਪ ਕੇ ਸਾਰਾ ਲਿਆ ਹੋਇਆ. 2 ਚਮਚ ਆਪਾਂ ਇੱਥੇ ਹਨੀ ਦੇ ਪਾਵਾਂਗੇ. ਤੁਸੀਂ ਔਰਗੈਨਿਕ ਯੂਜ਼ ਕਰ ਸਕਦੇ ਹੋ, ਜਿਹੜਾ ਤੁਸੀਂ ਲਾਈਕ ਕਰਦੇ ਹੋ ਹਨੀ ਯੂਜ਼ ਕਰ ਸਕਦੇ ਹੋ. 2 ਚਮਚ ਮੈਂ ਭਰ ਕੇ ਪਾ ਦਿੱਤੇ ਇਹਦੇ ਵਿੱਚ. ਹੁਣ ਨੈਕਸਟ ਆਪਾਂ ਮਸਟਰਡ ਪਾਵਾਂਗੇ. ਇੱਥੇ ਮੇਰੇ ਤੋਂ ਕਲਾਸਿਕ ਯੈਲੋ ਮਸਟਰਡ ਆ, ਜਿਹੜੀ ਓਰਿਜਨਲ ਹੁੰਦੀ ਹੈ, ਜਿਹੜੀ ਆਪਾਂ ਮੋਸਟਲੀ ਹੋਟ ਡੋਗਸ ਦੇ ਉੱਤੇ ਪਾਉਂਦੇ ਹਾਂ, ਉਹ ਮੈਂ ਲਈ ਹੈ. ਮੈਂ 2 ਚਮਚ ਇਹ ਪਾਵਾਂਗੇ ਆਪਾਂ. ਇੱਥੇ ਮੈਂ ਦੱਸਣਾ ਜ਼ਰੂਰੀ ਸਮਝਦੀ ਹਾਂ ਕਿ ਜੋ ਵੀ ਮੈਂ ਤੁਹਾਨੂੰ ਆਹ ਚੀਜ਼ਾਂ ਦਿਖਾਉਂਦੀ ਹਾਂ ਨਾ, ਕਿ ਆਹ ਮਸਟਰਡ ਯੂਜ਼ ਕਰੋ, ਜ਼ਰੂਰੀ ਨਹੀਂ ਆ ਤੁਸੀਂ ਇਹੀ ਬ੍ਰਾਂਡ ਲੈਣਾ ਆ, ਤੁਸੀਂ ਇਹੀ ਕੰਪਨੀ ਲੈਣੀ ਆ, ਤੁਸੀਂ ਜਿਹੜੀ ਕੰਪਨੀ ਚਾਹੋ ਉਹ ਲੈ ਸਕਦੇ ਆ. ਅਤੇ ਮੈਂ ਕੋਈ ਇੱਥੇ ਪ੍ਰਮੋਟ ਨਹੀਂ ਕਰ ਰਹੀ ਹੈਗੀ ਕਿਸੇ ਵੀ ਬ੍ਰਾਂਡ ਨੂੰ, ਕਿ ਇਹੀ ਲੈਣਾ ਆ. ਤੁਸੀਂ ਕੋਈ ਵੀ ਲੈ ਸਕਦੇ ਆ, ਪਰ ਉਹ ਸਿਰਫ ਚੀਜ਼ਾਂ ਨੂੰ ਫੋਲੋ ਕਰਨਾ ਹੈ ਕਿ ਆਹ ਚੀਜ਼ਾਂ ਪਾਈਆਂ. ਸੋ ਇੱਥੇ ਆਪਾਂ ਇੱਕ ਪੈਪਰਿਕਾ ਪਾਊਡਰ ਪਾਵਾਂਗੇ 1 ਚਮਚ. ਕੋਈ ਵੀ ਬ੍ਰਾਂਡ ਦਾ ਯੂਜ਼ ਕਰ ਲਓ ਤੁਸੀਂ, ਜ਼ਰੂਰੀ ਨਹੀਂ ਆ ਤੁਸੀਂ ਇਹੀ ਸੇਮ ਇਸੇ ਬ੍ਰਾਂਡ ਦੇ ਨਾਲ ਹੀ ਚੱਲਣਾ. ਸੋ ਕੋਈ ਵੀ ਯੂਜ਼ ਕਰ ਸਕਦੇ ਕੰਪਨੀ. ਤੁਸੀਂ ਮਿਕਸ ਕਰ ਲੈਣਾ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਓ. ਨਮਕ ਪਾਵਾਂਗੇ ਅਸੀਂ ਸਵਾਦ ਦੇ ਅਨੁਸਾਰ, ਘੱਟ ਵੱਧ ਜਿੱਦਾਂ ਮਰਜ਼ੀ ਤੁਸੀਂ ਪਾ ਸਕਦੇ ਹਾਂ.
इतने मैं अद्धे नालों घट है अद्धे चमचे ना सो ये हाफ टी स्पून ब्लैक पैपर पाउडर पावे आप हाफ लैमन पावे आप ਤੁਸੀਂ ਪਹਿਲਾਂ ਵੀ ਜੂਸ ਕੱਢ ਕੇ ਰੱਖ ਸਕਦੇ ਆ ਮੈਂ ਇੱਦਾਂ ਹੀ ਲਾਈਕ ਕਰਦੀ ਹਾਂ ਜਦੋਂ ਵੀ ਮੈਂ ਕੰਮ ਕਰਦੀ ਹਾਂ ਨਾ ਮੈਂ ਇੰਨਾ ਮਤਲਬ ਪਹਿਲਾਂ ਹੀ ਨਹੀਂ ਦੂਜਾ ਕਰਕੇ ਰੱਖਦੀ ਹੁੰਦੀ ਵੀ ਨਿੰਬੂ ਨਿਚੋੜ ਕੇ ਰੱਖ ਲਵਾਂ ਰਾਈਟ ਵੇ ਮੈਨੂੰ ਪਾਉਣਾ ਪਸੰਦ ਆ ਫਰੈਸ਼ ਯੂਜ਼ ਕਰੋ ਕਿਉਂਕਿ ਆਪਾਂ ਡਰੈਸਿੰਗ ਵੀ ਘਰ ਫਰੈਸ਼ ਬਣਾ ਰਹੇ ਹਾਂ ਕਈ ਲੋਕ ਉਹ ਕੱਢਿਆ ਕਢਾਇਆ ਵੀ ਯੂਜ਼ ਕਰਦੇ ਨੇ ਉਹਦੇ ਵਿੱਚ ਇੰਨਾ ਫਲੇਵਰ ਨਹੀਂ ਹੁੰਦਾ ਉਹ ਫਰੈਸ਼ਨੈਸ ਨਹੀਂ ਆਉਂਦੀ ਹੈਗੀ ਸੋ ਇੱਥੇ ਅਸੀਂ ਅੱਧਾ ਨਿੰਬੂ ਆਪਣਾ ਕੱਟ ਕੇ ਪਾ ਲੈਣਾ ਛੇ ਉਹਨੂੰ ਨਿਚੋੜ ਕੇ ਸੋ ਇੱਥੇ ਮੈਂ ਮਿਊਨਿਸ ਲੈ ਲਈ ਹੈ ਐੱਗ ਵਾਲੀ ਮਿਊਨਿਸ ਆ ਅਤੇ ਜੇ ਤੁਸੀਂ ਐੱਗ ਨਹੀਂ ਯੂਜ਼ ਕਰਦੇ ਕਈ ਲੋਕ ਖਾਣਾ ਪਸੰਦ ਕਰਦੇ ਤੁਸੀਂ ਵਿਦਆਊਟ ਐੱਗ ਵੀ ਯੂਜ਼ ਕਰ ਸਕਦੇ ਹੋ ਸੋ ਮੈਂ ਇੱਥੇ 4 ਵੱਡੇ ਚਮਚੇ ਲਏ ਨੇ ਮਿਊਨਿਸ ਦੇ ਆਲਮੋਸਟ ਆਈ ਥਿੰਕ ਹਾਫ ਕੱਪ ਸ਼ਾਇਦ ਹੋ ਜਾਂਦਾ ਇਹਦਾ ਹਾਂਜੀ 4 ਚਮਚਿਆਂ ਦਾ 4 ਚਮਚੇ ਮੈਂ ਇੱਥੇ ਮਿਊਨਿਸ ਦੇ ਪਾ ਲਏ ਮਿਕਸ ਕਰ ਲਓ ਚੰਗੀ ਤਰ੍ਹਾਂ ਇੱਕ ਸਮੂਥ ਜਿਹਾ ਡਰੈਸਿੰਗ ਬਣਾ ਲਓ ਸੋ ਇਹ ਡਰੈਸਿੰਗ ਤੁਸੀਂ ਕਿਸੇ ਵੀ ਸੈਲਡ ਨਾਲ ਖਾ ਸਕਦੇ ਆ ਬਟ ਇਸ ਸੈਲਡ ਦੇ ਨਾਲ ਇਹ ਡਰੈਸਿੰਗ ਬਹੁਤ ਹੀ ਵਧੀਆ ਜਾਂਦੀ ਆ ਅਤੇ ਤੁਸੀਂ ਇਹਨੂੰ ਐਜ਼ ਏ ਡਿਪ ਵੀ ਯੂਜ਼ ਕਰ ਸਕਦੇ ਆ ਤੁਸੀਂ ਇਹਨੂੰ ਫਰਾਈਜ਼ ਨਾਲ ਖਾ ਲਓ ਤੁਸੀਂ ਇਹਨੂੰ ਚਿਕਨ ਵਿੰਗਸ ਨਾਲ ਖਾ ਸਕਦੇ ਆ ਤੁਸੀਂ ਇਹਨੂੰ ਕੋਈ ਵੀ ਵੈਜੀਟੇਬਲਸ ਨਾਲ ਖਾ ਲਓ ਜਿਵੇਂ ਖੀਰੇ ਗਾਜਰਾਂ ਸੈਲਰੀ ਆਪਾਂ ਨੋਰਮਲ ਖਾਣਾ ਪਸੰਦ ਨਹੀਂ ਕਰਦੇ ਐਜ਼ ਏ ਡਿਪ ਇਹਨੂੰ ਤੁਸੀਂ ਯੂਜ਼ ਕਰ ਸਕਦੇ ਆ ਪੋਟੈਟੋ ਵੈਜਿਸ ਨਾਲ ਖਾ ਸਕਦੇ ਆ ਮਿਕਸ ਕਰ ਲਓ ਚੰਗੀ ਤਰ੍ਹਾਂ ਸੋ ਜਦੋਂ ਵੀ ਤੁਸੀਂ ਸੈਲਡ ਆਪਣਾ ਸਰਵ ਕਰਨਾ ਹੈ ਨਾ ਉਦੋਂ ਥੋੜ੍ਹੀ ਦੇਰ ਪਹਿਲਾਂ ਹੀ ਇਹਨੂੰ ਮਿਕਸ ਕਰਕੇ ਰਾਈਟ ਵੇ ਸਰਵ ਕਰੋ ਇਹਨੂੰ ਡਰੈਸਿੰਗ ਪਾ ਕੇ ਮਿਕਸ ਕਰਕੇ ਤੁਸੀਂ ਮਤਲਬ ਲੌਂਗ ਟਾਈਮ ਤੱਕ ਨਾ ਰੱਖੋ ਕਿਉਂਕਿ ਉਹ ਫਿਰ ਸਬਜ਼ੀਆਂ ਤੁਹਾਡੀਆਂ ਸਾਰੀਆਂ ਪਾਣੀ ਛੱਡ ਦੂਗੀਆਂ ਜੋ ਵੀ ਤੁਸੀਂ ਸੈਲਡ ਲਈ ਯੂਜ਼ ਕੀਤੀਆਂ ਨਾ ਉਹ ਫਿਰ ਕਰੰਚੀ ਜਿਹਾ ਨਹੀਂ ਰਹਿੰਦਾ ਮਜ਼ਾ ਨਹੀਂ ਆਉਂਦਾ ਸੌਗੀ ਜਿਹਾ ਸੈਲਡ ਬਣ ਜੂਗਾ ਤੁਹਾਡਾ ਸੋ ਆਪਣਾ ਤੁਸੀਂ ਪ੍ਰਪੇਅਰ ਕਰਕੇ ਰੱਖ ਲਓ ਸਾਰਾ ਕੁਝ ਕੱਟ ਕੇ ਰੱਖ ਲਓ ਅਤੇ ਡਰੈਸਿੰਗ ਬਣਾ ਕੇ ਰੱਖ ਲਓ ਅਤੇ ਜਦੋਂ ਤੁਸੀਂ ਤੁਹਾਨੂੰ ਚਾਹੀਦੀ ਹੈ ਡਰੈਸਿੰਗ ਮਿਕਸ ਕਰੋ ਅਤੇ ਉਹਨੂੰ ਇੰਜੋਏ ਕਰੋ ਆਹ ਦੇਖੋ ਹੁਣ ਸਾਰੀ ਡਰੈਸਿੰਗ ਇੱਥੇ ਯੂਜ਼ ਕਰ ਲਈ ਸੀਗੀ ਇਹਨੇ ਲਈ ਸੈਲਡ ਲਈ ਇਹ ਇਨਫ ਡਰੈਸਿੰਗ ਹੈ ਇਹਨੇ ਸੈਲਡ ਲਈ ਚੰਗੀ ਤਰ੍ਹਾਂ ਮਿਕਸ ਕਰ ਲਓ ਕੋਈ ਵੀ ਚੀਜ਼ ਤੁਹਾਨੂੰ ਮਤਲਬ ਤੁਹਾਨੂੰ ਜ਼ਰੂਰੀ ਨਹੀਂ ਹੈਗਾ ਜੋ ਮੈਂ ਤੁਹਾਨੂੰ ਦੱਸਿਆ ਆ ਤੁਸੀਂ ਉਸ ਹੀ ਚੀਜ਼ ਨੂੰ ਤੁਸੀਂ ਫੋਲੋ ਕਰਕੇ ਬਣਾਉਣਾ ਤੁਸੀਂ ਆਪਣੇ ਟੇਸਟ ਨਾਲ ਹਰ ਇੱਕ ਚੀਜ਼ ਘੱਟ ਵੱਧ ਕਰ ਸਕਦੇ ਹਾਂ ਜੇ ਤੁਹਾਨੂੰ ਲੱਗਦਾ ਮੈਂ ਮਿਊਨਿਸ ਘੱਟ ਖਾਂਦੀ ਹਾਂ ਤੁਸੀਂ ਉਹਨੂੰ ਘੱਟ ਪਾ ਲਓ ਹਨੀ ਘੱਟ ਕਰਨਾ ਹੈ ਉਹ ਕਰ ਸਕਦੇ ਹਾਂ ਸੋ ਇਹ ਤੁਹਾਡੇ ਟੇਸਟ 'ਤੇ ਵੀ ਡਿਪੈਂਡ ਹੁੰਦੀਆਂ ਕਈ ਚੀਜ਼ਾਂ ਦੇਖੋ ਬਹੁਤ ਹੀ ਵਧੀਆ ਸੈਲਡ ਆ ਬਹੁਤ ਹੈਲਦੀ ਰਿਫਰੈਸ਼ਿੰਗ ਬਾਰਬੀਕਿਊ ਦੇ ਨਾਲ ਤਾਂ ਮਤਲਬ ਬਾਰਬੀਕਿਊ ਦਾ ਲੈਵਲ ਬਹੁਤ ਜ਼ਿਆਦਾ ਅਪ ਹੋ ਜਾਂਦਾ ਇਹਦੇ ਨਾਲ ਆ ਦੇਖੋ ਬਹੁਤ ਹੀ ਵਧੀਆ ਬਣਦਾ ਆ ਪਲੀਜ਼ ਜ਼ਰੂਰ ਬਣਾਓ ਇੰਜੋਏ ਕਰੋ ਇਸ ਸੈਲਡ ਨੂੰ ਆਪਣੀ ਫੈਮਿਲੀ ਦੇ ਨਾਲ ਫਰੈਂਡਸ ਦੇ ਨਾਲ ਅਤੇ ਕਮੈਂਟ ਕਰਕੇ ਮੈਨੂੰ ਦੱਸਿਆ ਕਰੋ ਕਿਵੇਂ ਦੀ ਤੁਹਾਡੀ ਚੀਜ਼ ਬਣੀ ਆ ਅਤੇ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਮੇਰੇ ਚੈਨਲ ਨੂੰ ਅਤੇ ਤੁਸੀਂ ਆਲਸੋ ਮੈਨੂੰ ਇੰਸਟਾਗ੍ਰਾਮ 'ਤੇ ਵੀ ਫੋਲੋ ਕਰ ਸਕਦੇ ਆ ਐਟ ਪਾਬਲਾ ਕੁਜ਼ੀਨ 'ਤੇ ਸੀ ਯੂ ਇਨ ਨੈਕਸਟ ਵੀਡੀਓ ਸਟੇ ਹੈਲਦੀ ਸਟੇ ਹੈਪੀ ਥੈਂਕ ਯੂ ਬਾਏ ਬਾਏ